ਜਿਵੇਂ ਟੂ ਜਿੱਦੋਂ ਪੰਜਾਬ ਪੁਲਿਸ ਨੇ ਫੀਲਡਿੰਗ ਤਕੜੀ ਲਾ ਰੱਖੀ ਹੈਗੀ ਹੁਣ 10 ਸਾਲਾਂ ਦਾ ਜਵਾਗ ਵੀ ਰਗੜ ਤੋਤੇ ਵੀ ਪਰਚਾ ਕਰਤਾ ਵਿਚਾਰੇ ਤੇ ਮੈਨੂੰ ਤੇ ਮਤਲਬ ਕਿ ਕਦੇ-ਕਦੇ ਇਹ ਲੱਗਦਾ ਆ ਵੀ ਚੱਲਦਾ ਕੀ ਇਹ ਚੱਲਦਾ ਕੀ ਆ ਮੈਨੂੰ ਤੇ ਇਹ ਲੱਗਦਾ ਆ ਕਿ ਜਿਹੜੀ ਇਹ ਸਰਕਾਰ ਚੱਲ ਰਹੀ ਆ ਨਾ ਜੀ ਸਰਕਾਰ ਨਹੀਂ ਇੱਕ ਤਮਾਸ਼ਾ ਚੱਲ ਰਿਹਾ ਹੈ ਸਰਕਾਰ ਦੇ ਨਾਮ ਤੇ ਜਿੱਦਾਂ ਮਤਲਬ ਕਿ ਕੋਈ ਐਸੀ ਕੰਪਨੀ ਡਰਾਮਾ ਕੰਪਨੀ ਜਿੱਦਾਂ ਹੁੰਦੀ ਆ ਜੀ ਕਿ ਬਸ ਇੱਕ ਵਾਰੀ ਲੋਕਾਂ ਨੂੰ ਸ਼ੋਅ ਦਿਖਾਉਣਾ ਹੈ ਉਹਦੇ ਵਿੱਚ ਕਰਤੱਵ ਵੰਸਵੰਨਿਆਂ ਦਾ ਪ੍ਰਚਾਰ ਕਰਨਾ ਅੰਦਰ ਲੈ ਆਂਦੇ ਲੋਕ ਤੇ ਅੰਦਰ ਕੱਖ ਵੀ ਨਹੀਂ ਹੈਗਾ ਜੀ ਮਤਲਬ ਕਿ ਤੁਸੀਂ ਕਰ ਕੀ ਰਹੇ ਹੋ ਸਮਝ ਤੋਂ ਪਰੇ ਆ 10 ਸਾਲ ਦੇ ਬੱਚੇ ਨੂੰ ਯਾਰ ਤੁਸੀਂ ਨਾਮਜ਼ਦ ਕਰ ਰਹੇ ਹੋ ਆ ਹੁਣੇ ਹੀ ਤੁਹਾਨੂੰ ਕੋਈ ਦੱਸ ਦੇਗਾ ਇੱਥੇ ਆਪਾਂ ਨੂੰ ਬੇਸ਼ੱਕ ਬਹੁਤ ਥੋੜੇ ਲੋਕ ਸੁਣਦੇ ਆ ਮਾਨ ਸਾਹਿਬ ਪਰ ਮਾਨ ਇਸ ਗੱਲ ਦਾ ਹੈ ਕਿ ਜਿਨ੍ਹਾਂ ਨੂੰ ਦੁਨੀਆ ਸੁਣਦੀ ਉਹ ਵੀ ਸਾਨੂੰ ਸੁਣ ਲੈਂਦੇ ਕਦੇ-ਕਦੇ ਗਾਇਬ ਗਾਇ ਜੀ ਜੀ ਤੋ ਗੱਲ ਇਹ ਆ ਕਿ ਹੁਣੇ ਤੁਹਾਨੂੰ ਕੋਈ ਦੱਸ ਦੇਗਾ ਮੈਂ ਆਪੀਸੀ ਦੀ ਧਾਰਾ ਤੁਹਾਨੂੰ ਕੋਡ ਕਰ ਦਿੰਦਾ 84 82 ਪ੍ਰੋਵੀਜ਼ਨ ਪੜ ਲਓ ਸੰਵਿਧਾਨ ਦੇ ਵਿੱਚ ਕੀ ਹੈ ਜੀ ਪ੍ਰੋਵੀਜ਼ਨ ਇਹਨਾਂ ਨੇ ਪਤਾ ਨਹੀਂ ਕਿਹੜੀ ਕਿਤਾਬ ਪੜ ਲਈ ਜਾਂ ਕਾਨੂੰਨ ਦੀ ਅਸਲ ਐਕਟ ਸਿਲੈਕਟ ਬਸ ਚੱਕੀ ਹੁੰਦੀ ਹੈ ਕੰਮ ਸਰ ਨਹੀਂ ਕਾਨੂੰਨ ਦੇ ਵਿੱਚ ਜਿਹੜੇ ਪ੍ਰਬੰਧ ਆ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਕੱਢ ਰੱਖਿਆ ਸੀਗਾ ਉਹ ਆਰਟੀਕਲ ਮੈਂ ਤੁਹਾਨੂੰ ਦੱਸ ਦੇਣਾ ਜੀ ਜੀ ਦੱਸੋ ਜੀ ਕੋਟ ਕਰ ਦੇਣਾ ਇੱਕ ਤਾਂ ਕ੍ਰਿਸ਼ਨ ਭਗਵਾਨ ਵਰਸ ਸਟੇਟ ਆਫ ਬਿਹਾਰ ਉਸ ਮਾਮਲੇ ਦੇ ਵਿੱਚ ਆ ਗੱਲ ਕੀ ਹੈ ਕਿ ਬੱਚੇ ਬਾਰੇ ਜਿਹੜੀ ਗੱਲ ਕਹੀ ਗਈ ਹੈ ਹੁਣ ਮੈਂ ਤੁਹਾਨੂੰ ਆਰਟੀਕਲ ਜਿਹੜਾ ਸੈਕਸ਼ਨ 83 ਆ ਉਹਦਾ ਦੱਸ ਦੇਣਾ ਉਹ ਕਹਿੰਦੇ ਆ ਕਿ ਇਟ ਇਨਕਲੂਡਸ ਐਨ ਐਕਟ ਆਫ ਅ ਚਾਈਲਡ ਅਬੋਵ 7 ਐਂਡ ਬਿਲੋ 12 ਆਫ Immature understanding, Ji. nothing is an Ji. offense which is done by a child above seven years of age and under 12 who has not yet attained sufficient maturity of understanding to judge the nature and repercussions of his conduct during that occasion. ਸਾਡੇ ਅਰਗੇ ਬੰਦੇ ਵੀ ਵੜ ਕੇ ਸਹੀ ਥਾਂ ਤੇ ਡਿੱਗ ਪੈਂਦੇ ਨੇ ਕਿ ਅਸਲ ਦੇ ਵਿੱਚ 12 ਸਾਲ ਤੋਂ ਥੱਲੇ ਦੇ ਬੱਚੇ ਨੂੰ ਕਿਸੇ ਵੀ ਗੁਨਾਹ ਵਾਸਤੇ ਤੁਸੀਂ ਜ਼ਿੰਮੇਵਾਰ ਨਹੀਂ ਠਰਾ ਸਕਦੇ ਔਰ ਇਹਦੇ ਵਿੱਚ ਸਾਫ਼ ਤੌਰ ਤੇ ਇੱਕ ਜ਼ਿਕਰ ਵੀ ਮੈਂ ਤੁਹਾਨੂੰ ਕਰ ਦੇਣਾ ਐਗਜ਼ਾਮਪਲ ਦਿੱਤਾ ਗਿਆ ਜੀ ਕਰੋ ਜੀ ਉਹ ਕਹਿੰਦੇ ਕਿ ਸੁਪੋਜ਼ ਅ ਚਾਈਲਡ ਆਫ 10 ইয়ার্স ਕਿਲਡ ਹਿਸ ਫਾਦਰ ਵਿਦ ਅ ਗਨ ਇਨ দা ਸ਼ੈਡੋ ਆਫ ਇਮੈਚਿਓਰਿਟੀ ਹੀ ਵਿਲ ਨਾਟ ਬੀ ਲਾਇਬਲ ਇਫ ਹੀ ਹੈਜ਼ ਨਾਟ ਅਟੇਂਡ ਮੈਚਿਓਰਿਟੀ ਆਹ ਕਲਿੱਪ ਜੀ ਕੱਟ ਕੇ ਮੈਂ ਕਹਿੰਨਾ ਪਛਾ ਦੂੰ ਹਾਂ ਤੱਕ ਬਸ ਬਾ ਗਾਂ ਗੱਲ ਲੋੜੀ ਬਿਲਕੁਲ ਇਹ ਪਛਾ ਇਹ ਪਛਾਣ ਦੀ ਤਾਂ ਆਪਾਂ ਵੀ ਅਪੀਲ ਕਰਦੇ ਆ ਕਿ ਜਾਂ ਤਾਂ ਤੁਸੀਂ ਸੰਵਿਧਾਨ ਨੂੰ ਪੜ ਨਹੀਂ ਰਹੇ ਜਾਂ ਤੁਸੀਂ ਸੰਵਿਧਾਨ ਦੇ ਮੁਤਾਬਕ ਚੱਲ ਨਹੀਂ ਰਹੇ ਦੋਨੇ ਚੀਜ਼ਾਂ ਖਤਰਨਾਕ ਨੇ ਜੀ ਮਤਲਬ ਕਿ ਪੁਲਸ ਨੂੰ ਤਾਂ ਇਹਨਾਂ ਨੇ ਫਾਹੇ ਢੰਗ ਦਿੱਤਾ ਕਿ ਵੀ ਜਿੱਥੇ ਬੰਦੂਕ ਵੇਖ ਲੋ ਉੱਥੇ ਬਾ ਫਟਾ ਚੱਕ ਦਿਓ ਜੀ ਹੁਣ ਪੁਲਸ ਠਹਿਰੀ ਤੁਹਾਨੂੰ ਪਤਾ ਹੀ ਆ ਇਨਾਂ ਦੇ ਹੁਕਮਾਂ ਦੀ ਗੁਲਾ ਸਿਆਸਤ ਦੇ ਟੀਟੇ ਚੜੀ ਹੈ ਭਾਰਤ ਦੀ ਵੱਖ-ਵੱਖ ਸਟੇਟਾਂ ਦੀ ਪੁਲਿਸ ਉਹਨਾਂ ਦੇ ਗਲ ਚ ਤੇ ਸਿਆਸਤ ਦੀ ਗੁਲਾਮੀ ਦੀ ਪੰਜਾਲੀ ਪਈ ਹੋਈ ਹੈ ਉਹ ਤਾਂ ਹਿਲ ਨਹੀਂ ਸਕਦੇ ਮੈਂ ਕੱਲ ਵੀ ਕਿਹਾ ਸੀਗਾ ਕਿ ਹੁਣ ਸਿਫਾਰਸ਼ੀ ਕਲਚਰ ਕੀ ਬਦਲ ਜਾਏਗਾ ਕਿਉਂਕਿ ਥਾਣੇਦਾਰ ਤੇ ਤੁਸੀਂ ਆਪਣੀ ਮਨਮਰਜ਼ੀ ਦੇ ਲਾਉਂਦੇ ਹੋ ਮਤਲਬ ਅੰਨੇ ਵਾ ਪਰਚਾ ਦੇਖੋ ਗੱਲ ਕੀ ਹੈ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਤੁਸੀਂ ਆਪਣੇ 5-7 ਸਾਲ ਦਾ 10 ਸਾਲ ਦੇ ਬੱਚੇ ਨੂੰ ਜਿ ਪਿਸਤੌਲ ਫੜਾ ਰਹੇ ਹੋ ਤਾਂ ਗਲਤੀ ਕਰ ਰਹੇ ਹੋ ਜੀ ਤੁਹਾਡਾ ਬੱਚਾ 10-15 ਸਾਲ ਦੀ ਉਮਰ ਦੇ ਵਿੱਚ ਜੇ ਅਸਲਾ ਕੈਰੀ ਕਰ ਰਿਹਾ ਬਾਹਰ ਤੁਹਾਡਾ ਤੁਹਾਨੂੰ ਦੱਸੇ ਤੋਂ ਬਿਨਾ ਜਾਂ ਦੱਸ ਕੇ ਤਦ ਵੀ ਤੁਸੀਂ ਜ਼ਿੰਮੇਵਾਰ ਹੋ ਸੋ ਕਿਉਂਕਿ ਜੇਕਰ ਮੋਟਰ ਵਹੀਕਲ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਕਿ ਜੇ ਬੱਚਾ ਹੁਣ ਨਵਾਲਗਾ ਗੱਡੀ ਲੈ ਗਿਆ ਕਿਉਂਕਿ ਸੋਧ ਕਰ ਦਿੱਤੀ ਸੀ ਨਾ ਇਹਨਾਂ ਨੇ ਮੋਟਰ ਵਹੀਕਲ ਐਕਟ ਦੇ ਵਿੱਚ ਸ਼ੈ ਤੁਹਾਨੂੰ ਯਾਦ ਹੋਵੇ ਜੀ ਜੀ ਕਿ فرض ਕਰੋ ਉਹ ਤੁਹਾਡਾ ਬੱਚਾ ਤੁਹਾਡੀ ਗੱਡੀ ਲੈ ਗਿਆ ਔਰ ਇਸ ਤਰ੍ਹਾਂ ਇੱਕ ਬਿਜ਼ਨਸਮੈਨ ਦੇ ਨਾਲ ਹੋਇਆ ਦਿੱਲੀ 'ਚ ਜੀ ਉਹ BMW ਕੱਢ ਕੇ ਲੈ ਗਿਆ ਤੇ ਉਹਨੇ ਗਾਂ ਛੜਕਾ ਦਿੱਤਾ ਬੰਦਾ ਤਾਂ ਪਰਚਾ ਉਹਦੇ ਪਿਓ ਤੇ ਹੋਇਆ ਸੀਗਾ ਇਦਾਂ ਹੀ ਹੈ ਕਿ فرض ਕਰੋ ਹੁਣ ਮੋਟਰ ਵਹੀਕਲ ਐਕਟ ਦੀ ਆਪਾਂ ਗੱਲ ਕਰਦੇ ਆ ਕਿ ਉਹਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਹਾਡਾ ਬੱਚਾ ਜੇ ਨਵਾਲਾ ਗਿਆ ਉਹਦਾ ਲਾਇਸੈਂਸ ਨਹੀਂ ਬਣਿਆ ਉਹ ਕਾਰ ਲੈ ਗਿਆ ਕੱਢ ਕੇ ਜੀਪ ਲੈ ਗਿਆ ਥਾਰ ਕੱਢ ਕੇ ਲੈ ਗਿਆ ਤੇ ਅੱਗੇ ਉਹਨੇ ਚੰਨ ਚਾੜ ਦਿੱਤਾ ਤੇ ਤੁਸੀਂ ਜ਼ਿੰਮੇਵਾਰ ਮੰਨੇ ਜਾਓਗੇ ਤਾਂ ਉਸੇ ਤਰ੍ਹਾਂ ਇਸ ਚੀਜ਼ ਦੀ ਜ਼ਿੰਮੇਵਾਰੀ ਤੇ ਮਾਪਿਆਂ ਤੇ ਰਹਿਣੀ ਚਾਹੀਦੀ ਆ ਕਿ ਉਹਨਾਂ ਦੀ ਅਲਮਾਰੀ ਚ ਪਿਆ ਅਸਲਾ ਜਿਹੜਾ ਉਹ ਬੱਚੇ ਤੱਕ ਨਾ ਪਹੁੰਚੇ ਜਾਂ ਬੱਚਾ ਉਹਨੂੰ ਕਹਿਰੀ ਨਾ ਕਰੇ ਜੀ ਐਸਾ ਹੱਕ ਦੇ ਵਿੱਚ ਤਾਂ ਹਾਂ ਪਰ ਤੁਸੀਂ ਤੇ ਕਾਨੂੰਨ ਦੀ ਤਾਂ ਜੀ ਉਡਾ ਰਹੇ ਯਾਰ ਤੁਸੀਂ ਤਾਂ ਬੰਦੂ ਕਰ ਰਹੇ ਹੋ ਕਾਨੂੰਨ ਨੂੰ ਤੁਸੀਂ ਉਹਦੇ ਫਾਦਰ ਨੂੰ ਵੀ ਚਲੋ ਸਮਝਾ ਸਕਦੇ ਸੀ ਫੋਟੋ ਹੋ ਸਕਦਾ ਪੁਰਾਣੀ ਹੋਵੇ ਤੁਸੀਂ ਉਹਨੂੰ ਵਾਰਨ ਕਰ ਸਕਦੇ ਹੋ ਕਿ ਅਜਿਹਾ ਗਲਤ ਹੈ ਬਾਈ ਤੁਸੀਂ ਉਹਨੂੰ ਨਾਲ ਦੀ ਨਾਲ ਮੈਸੇਜ ਕਰੋ ਤੁਹਾਡੀ ਜਿਹੜੀ ਸਾਈਬਰ ਟੀਮ ਆ ਕਿ ਆਪਣੀ ਪ੍ਰੋਫਾਈਲ ਪਿਕਚਰ ਨੂੰ ਬਦਲੋ ਬਾਈ ਜਾਂ ਉਹਨੂੰ ਮੈਂਸ਼ਨ ਕਰ ਦਿਓ ਟਵੀਟ ਦੇ ਥਰੂ ਜਾਂ ਫੇਸਬੁੱਕ ਦੇ ਥਰੂ ਮੈਂ ਤਾਂ ਜਿਆਦਾ ਦੇਖਦਾ ਨਹੀਂ ਕਿ ਕਿੱਥੇ ਸਾਰਾ ਕੁਝ ਜਿੱਥੇ ਵੀ ਆ ਉਹ ਅਪਲੋਡ ਹੋਈ ਆ ਤੁਸੀਂ ਉੱਥੇ ਮੈਂਸ਼ਨ ਕਰ ਦਿਓ ਕਿ ਭਾਈ ਇਹ ਤੁਹਾਨੂੰ ਹਟਾਉਣੀ ਪੈਗੀ ਇਨਚਰ ਦੇ ਵਿੱਚ ਇਹ ਫੋਟੋ ਜਿਹੜੀ ਰਿਮੂਵ ਕਰ ਦਿਓ ਅਦਰਵਾਈਜ਼ ਐਕਸ਼ਨ ਹੋ ਜਾਏਗਾ ਦੋਹੇ ਚੀਜ਼ਾਂ ਹੋ ਗਈਆਂ ਨਾ ਨਾਲੇ ਤਾਂ ਉੱਥੇ 150 ਤੁਹਾਨੂੰ ਆ ਕੇ ਜਿਹੜਾ ਦੇਖੇਗਾ ਉਹ ਵੀ ਕਿਤੇ ਨਾ ਕਿਤੇ ਚੇਤਨ ਹੋਏਗਾ ਦੂਸਰਾ ਇਹ ਕਿ ਉਹ ਫੋਟੋ ਵੀ ਰਿਮੂਵ ਹੋ ਜਾਏਗੀ ਤੇ ਤੀਸਰਾ ਇਹ ਕਿ ਉਸ ਪਰਿਵਾਰ ਦੇ ਗੱਲ 'ਚ ਜਿਹੜਾ ਗਲਾਮਾਂ ਪਾ ਰਿਓ ਉਹ ਵੀ ਬਚ ਜਾਏਗਾ ਠੀਕ ਹੈ ਨਾ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਤੁਹਾਨੂੰ ਪਤਾ ਉਹਨਾਂ ਨੇ ਵੀ ਹੋਸ਼ਾਪਨ ਵਿਖਾਇਆ ਸੀਗਾ ਕੀ ਕੀਤਾ ਸੀਗਾ ਮਨ ਕੀਰਤ ਉਹਲਕਤੇ ਪਰਚਾ ਹੋਇਆ ਨਾ ਜੀ ਗਨ ਕਲਚਰ ਨੂੰ ਪ੍ਰਮੋਟ ਕਰਨ ਦਾ 2020 ਦੇ ਵਿੱਚ ਜੀ ਗਰਮੀਆਂ ਦੀ ਗੱਲ ਆ ਸਿੱਧੂ ਮੂਸੇਵਾਲੇ ਤੇ ਵੀ ਹੋਇਆ ਬਿਲਕੁਲ ਦੋਨਾਂ ਤੇ ਹੋਇਆ ਦੋਨਾਂ ਤੇ ਪਰ ਕੀ ਹੋਇਆ ਰਿਜ਼ਲਟ ਉਹਦਾ ਕੀ ਹੋਇਆ ਰਿਜ਼ਲਟ ਕੀ ਹੋਇਆ ਦੱਸ ਦਿਓ ਕੁਝ ਵੀ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਉਹ ਫਿਰਦੇ ਹੋਏ ਇਹ ਕੇਸ ਠਹਿਰ ਦੇ ਕਿੱਥੇ ਨੇ ਮੈਂ ਕਹਿੰਦਾ ਜੇ ਜੇ ਇਸ ਪਰਿਵਾਰ ਨੇ ਚੈਲੰਜ ਕਰ ਦਿੱਤਾ ਐਫ ਆਈ ਆਰ ਨੂੰ ਕੁਐਸ਼ ਹੋ ਜਾਏਗੀ ਚੁਟਕੀਆਂ ਦੇ ਵਿੱਚ ਔਰ ਇੰਨੀਆਂ ਫਟਕਾਰਾਂ ਪਾਊਗੀ ਨਾ ਅਦਾਲਤ ਇਹਨਾਂ ਨੂੰ ਗੱਲੀ ਛੱਡ ਦਿਓ ਜੀ ਕਿਉਂਕਿ ਆਈਪੀਸੀ ਦੇ ਇਹ ਸੈਕਸ਼ਨ ਦੱਸ ਰਹੇ ਨੇ ਕਿ ਭਾਈ ਬੱਚਾ 10 ਸਾਲ ਦਾ 8 ਸਾਲ ਦਾ 7 ਸਾਲ ਦਾ 11 ਸਾਲ ਦਾ ਉਹ ਜ਼ਿੰਮੇਵਾਰ ਨਹੀਂ ਹੁੰਦਾ ਜੀ ਮਤਲਬ ਕਿ ਇੱਥੋਂ ਤੱਕ ਐਗਜ਼ਾਮਪਲ ਦਿੱਤੀ ਹੋਈ ਆ ਯਾਰ ਮੈਂ ਤੁਹਾਨੂੰ ਐਗਜ਼ਾਮਪਲ ਪੜ੍ਹ ਕੇ ਦੇ ਦਿੱਤੀ ਆ ਕੇਸ ਦੇ ਵਿੱਚੋਂ ਹੋਰ ਹੁਣ ਕੀ ਚਾਹੀਦਾ ਕਿ ਬੱਚਾ ਆਪਣੇ ਚਾਹੇ ਪਿਓ ਨੂੰ ਵੀ ਮਾਰ ਦੇਵੇ ਗਨ ਦੇ ਨਾਲ ਤਾਂ ਵੀ ਤੁਸੀਂ ਉਹਨੂੰ ਬੰਨ ਨਹੀਂ ਸਕਦੇ ਕਿਉਂਕਿ ਉਹਦੀ ਮੈਚਿਓਰਿਟੀ ਨਹੀਂ ਹੈਗੀ ਉਹਦੀ ਸਮਝ ਹੀ ਨਹੀਂ ਹੈਗੀ ਸੂਝਾ ਹੀ ਨਹੀਂ ਹੈਗੀ ਉਸ ਟਾਈਮ ਦੀ ਜੀ ਕਿ ਉਹ ਸੋਚ ਲਵੇ ਕਿ ਮੰਦਾ ਕੀ ਹੈ ਚੰਗਾ ਕੀ ਹੈ ਤਾਂ ਤੁਸੀਂ ਚੱਕ ਕੇ 10 ਸਾਲ ਦੇ ਬੱਚੇ ਨੂੰ ਯਾਰ 188 ਚ ਨਾਮਜ਼ਦ ਕਰੀ ਜਾ ਰਹੇ ਹੋ ਚੱਲ ਕੀ ਰਿਹਾ ਸਮਝ ਤੋਂ ਪਰੇ ਦੀ ਗੱਲ ਹੈ ਮਾਨ ਸਾਹਿਬ ਜੀ ਕੌਣ ਇਹਨਾਂ ਨੂੰ ਸਲਾਹਾਂ ਦੇ ਰਿਹਾ ਕੌਣ ਇਹਨਾਂ ਦੇ ਨਾਲ ਇਸ ਤਰ੍ਹਾਂ ਦੇ مشورے ਕਰਕੇ ਇਹੋ ਜੀਆਂ ਸਖਤਾਈਆਂ ਇਹੋ ਜੀਆਂ ਸਖਤਾਈਆਂ ਤੇ ਮਤਲਬ ਕਿ ਅਸੀਂ ਤੇ ਕਦੇ ਨਹੀਂ ਸੀ ਜ਼ਿੰਦਗੀ 'ਚ ਦੇਖੀਆਂ ਕਿ ਜਿੰਨਾ ਸਖਤਾਈਆਂ ਦੇ ਵਿੱਚ ਕਾਨੂੰਨ ਹੀ ਪਾਸੇ ਰਹਿ ਜਾਵੇ ਤੁਸੀਂ ਫੈਮਿਲੀ ਨੂੰ ਕਹੋ ਹਾਂ ਠੀਕ ਆ ਫੁਕਰਾਪੰਤੀ ਜਿਹੜੇ ਕਰਦੇ ਆ ਉਹਨਾਂ ਦਾ ਕੋਈ ਮਤਲਬ ਕਿ ਤੁਹਾਨੂੰ ਰੋਕਾ ਨਹੀਂ ਹੈ ਤੁਸੀਂ 70 75 ਕੇਸ ਦਰਜ ਕੀਤੇ ਤੁਹਾਨੂੰ ਕਿਸੇ ਨੇ ਕਿਹਾ ਸੱਤ ਅੱਛਾ ਉਹ ਜੇ ਸਾਡਾ ਮੀਡੀਆ ਉਹ ਹੁਣ ਮਤਲਬ ਕਿ ਇਸ ਤਰੀਕੇ ਨਾਲ ਜਾਏਗਾ ਕਿ ਪਰਚਾ ਹੋ ਗਿਆ ਜੀ ਪਰਚਾ ਹੋ ਗਿਆ ਠੋਕਤਾ ਤੁਸੀਂ ਇਹ ਤੇ ਦੇਖੋ ਨਾ ਤੇ ਕਾਨੂੰਨੀ ਪਹਿਲੂ ਕੀ ਆ ਬੱਚੇ ਦੇ ਰਾਈਟਸ ਨੇ ਕਈਆਂ ਨੇ ਤਾਂ ਫੋਟੋ ਵੀ ਬਹੁਤ ਘੱਟ ਧੁੰਦਲੀ ਕਰ ਰੱਖੀ ਆ ਜੀ ਮਤਲਬ ਕਿ ਬੱਚੇ ਦੇ ਆਪਣੀ ਰਾਈਟਸ ਨੇ ਯਾਰ ਉਹਦੇ ਲਈ ਕਾਨੂੰਨ ਹੈ ਅਲੱਗ ਤੋਂ ਉਹ ਉਹਨੇ ਘਟਪੂਰੀ ਕਰਤੀ ਨਾਲ ਐਫਆਈਆਰ ਦੀ ਕਾਪੀ ਚ ਪੇਤੀ ਵੀ ਇਹ ਚੱਕੋ ਤਾਂ ਉਹਦੀ ਚ ਐਡਰੈਸ ਹੋਏਗਾ ਜੀ ਅੱਛਾ ਪੁਲਿਸ ਤਾਂ ਮਤਲਬ ਕਿ ਜਨ ਤੱਕ ਨਹੀਂ ਕਰ ਰਹੀ ਜਾਣਕਾਰੀ ਜਦੋਂ ਤੁਸੀਂ ਐਫਆਈਆਰ ਦੀ ਕਾਪੀ ਲਾ ਦਿਓਗੇ ਨਾਲ ਤੇ ਮੂਰਖ ਲੋਕੋ ਉਹ ਤੇ ਨਾਲ ਦੀ ਨਾਲ ਐਡਰੈਸ ਨਿਕਲੋਣਾ ਉਹਦੇ ਚ ਤਾਂ ਫੋਨ ਨੰਬਰ ਵੀ ਹੋਏਗਾ ਉਹਦਾ ਸ਼ਾਇਦ ਬਿਲਕੁਲ ਜੀ ਇਹ ਕੈਸੀਆਂ ਗੱਲਾਂ ਕਰ ਰਹੇ ਨੇ ਸੋ ਅਕਲ ਤੋਂ ਕਮ ਲੈਣਾ ਚਾਹੀਦਾ ਮਾਨ ਸਾਹਿਬ ਪਤਾ ਨਹੀਂ ਹੁਣ ਕਿੱਥੇ ਗੁੰਮ ਨੇ ਜਿਨਾ ਇੱਕ ਕੁੜੀ ਜੀ ਦਾ ਨਾਮ ਮੁਹੱਬਤ ਹੈ ਗੋਮੇ ਗੋਮੇ ਜੀ ਇੱਥੇ ਜਿਹਦੇ ਨਾਲ ਮੁਹੱਬਤ ਕੀਤੀ ਲੋਕਾਂ ਨੇ ਸੀਐਮ ਹੀ ਗੋਮੇ ਆ ਕੀ ਕਰੀਏ ਦੱਸੋ ਸੀਐਮ ਹੀ ਗੋਮੂ ਗਿਆ ਹੁਣ ਪਤਾ ਨਹੀਂ ਇਹਨਾਂ ਚੀਜ਼ਾਂ ਤੇ ਉਹ ਨਿਗਰਾਨੀ ਕਿੱਦਾਂ ਰੱਖ ਰਹੇ ਨੇ ਕਿਹੜੇ ਇਹਨਾਂ ਦੇ ਸਲਾਹਕਾਰ ਨੇ ਕਿਹੜੇ ਇਹਨਾਂ ਨੂੰ ਕਾਨੂੰਨੀ مشਵਰੇ ਦੇ ਰਹੇ ਨੇ ਬਈ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਗਾਹ ਲੰਘ ਰਹੇ ਹੋ ਹਾਂ ਠੀਕ ਹੈ ਫੁਕਰਾ ਪੰਤੀ ਤੇ ਨੱਥਪਾ ਸਾਰਾ ਕੁਝ ਕਰੋ ਪਰ ਜਦੋਂ ਤੁਹਾਡੀ ਬੀਬੀ ਉੱਠ ਕੇ ਐਮਐਲਏ ਜਿਹੜੀ ਆ ਉਹ ਪਿਸਤੌਲ ਨਾਲ ਫੋਟੋ ਆ ਖਿਚਾਉਂਦੀ ਉਹਦੋਂ ਕੀ ਹੁੰਦਾ ਛੱਤਾਂ ਦੀਆਂ ਲੋਕਾਂ ਨੇ ਕੱਢ ਕੇ ਇੱਕ ਹੋਰ ਇਹਨਾਂ ਤੇ ਜਿਹੜਾ ਵਜ਼ੀਰ ਬਣਿਆ ਸੀ ਉਹਨੇ ਵੀ ਸ਼ੁਰੂ ਚ ਜਦੋਂ ਲਿਆ ਆਇਆ ਆ ਉਹਨੇ ਵੀ ਇੱਕ ਹਥਿਆਰ ਲਿਆ ਤੇ ਉਹਦੀ ਫੋਟੋ ਪਾਈ ਸੀ ਉਹਨੇ ਉਹ ਕੀ ਕਰ ਰਿਆ ਸੀ ਭਈ ਮੀਤ ਹੇਰ ਦੀ ਵੀ ਉਹ ਸ਼ੂਟਿੰਗ ਗਨ ਦੇ ਨਾਲ ਫੋਟੋ ਹੈ ਜਾਂ ਤੋਂ ਉਹਨਾਂ ਤੇ ਵੀ ਪਰਚੇ ਕਰ ਦਿਓ ਆ ਵੱਡੇ ਵੱਡੇ ਐਕਟਰ ਜਿਹੜੇ ਆ ਇਹਨਾਂ ਦੀਆਂ ਗੱੰਨਾਂ ਦੇ ਨਾਲ ਆ ਜਿਹੜੇ ਹੀਰੋ ਆਉਂਦੇ ਨੇ ਆਰਟਿਸਟ ਆਉਂਦੇ ਨੇ ਸਿੰਗਰ ਆਉਂਦੇ ਨੇ ਇਹਨਾਂ ਦੀਆਂ ਫੋਟੋਆਂ ਨੇ ਵੱਡੀਆਂ-ਵੱਡੀਆਂ ਗੱੰਨਾਂ ਦੇ ਨਾਲ ਕਰੋ ਇਹਨਾਂ ਤੇ ਪਰਚੇ ਦਰਜ ਲੀਡਰਾਂ ਦੀਆਂ ਨੇ ਕਰੋ ਪਰਚੇ ਦਰਜ ਤੁਸੀਂ ਬੈਕ ਡੇਟ 'ਚ ਹੀ ਤੁਰ ਪਏ ਹੋ ਯਾਰ ਕੋਈ ਤੁਸੀਂ ਹੱਦ ਮਿੱਥ ਲੈਂਦੇ ਕਿ ਲਓ ਬਈ ਮਿੱਤਰੋ ਇਸ ਤਰੀਕ ਤੋਂ ਬਾਅਦ ਤੁਸੀਂ ਆਹ ਕੰਮ ਨਹੀਂ ਕਰਨਾ ਪਿੱਛੇ ਜੋ ਹੋ ਗਿਆ ਸੋ ਹੋ ਗਿਆ ਜੀ ਮਾਤੜ ਨੂੰ ਤੁਸੀਂ ਰਗੜੇ ਹੀ ਆਉਨੇ ਹੋ ਤੇ ਜਿਹੜੇ ਤਗੜੇ ਨੇ ਉਹ ਤੇ ਹਾਲੇ ਵੀ ਮਤਲਬ ਕਿ ਹਥਿਆਰਾਂ ਦਾ ਪ੍ਰਦਰਸ਼ਨ ਕਰ ਰਹੇ ਨੇ ਜੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਗਨ ਕਲਚਰ ਨੂੰ ਪ੍ਰਮੋਟ ਕਰਦੀ ਕਿ ਫਿਲਮ ਪੰਜਾਬ ਚ ਰਿਲੀਜ਼ ਹੋਣ ਤੋਂ ਰੋਕੋਗੇ OTT ਕੰਟੈਂਟ ਰੋਕੋਗੇ 73 ਮਾਰਤੇ ਵੀ ਪਰਚਾ ਖਡਾਉਣਾ ਗਨ ਤੇ ਵੀ ਪਰਚਾ ਮਤਲਬ ਸਮਝ ਤੋਂ ਪਰੇ ਦੀ ਗੱਲ ਹੈ ਮੇਰੇ ਤਾਂ ਮਤਲਬ ਕਿ ਸਮਝ ਤੋਂ ਕਾਫੀ ਪਰੇ ਦੀ ਗੱਲ ਹੈ ਕਿਥੇ ਤੱਕ ਪੁਲਿਸ ਕਾਨੂੰਨ ਨਹੀਂ ਦੇਖ ਰਹੀ ਕਿ ਬੱਚੇ ਦੇ ਰਾਈਟਸ ਕੀ ਨੇ ਕਾਨੂੰਨ ਕੀ ਕਹਿੰਦਾ ਸਾਡੀ ਬਹਿਸ ਦਾ ਵਿਸ਼ਾ ਤੇ ਉਹ ਆ ਨਾ ਕਿ ਪਰਚਾ ਠੀਕ ਹੈ ਤੁਸੀਂ ਕਰ ਦਿੱਤਾ ਉਹਦੇ ਫਾਦਰ ਤੇ ਪਰਚਾ ਤਾਂ ਚਲੋ ਬਣਦਾ ਮੈਂ ਕਹਿੰਦਾ ਲਾ ਕਿਉਂਕਿ ਇਹਦੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਸਕਦਾ ਮਾਂ ਜੀ ਇੱਕ ਬੱਚਾ ਸੀਗਾ ਗੁਰਦਾਸਪੁਰ ਜ਼ਿਲ੍ਹੇ ਦਾ ਤੇ ਉਹਦਾ ਫਾਦਰ ਜਦੋਂ ਬਾਹਰ ਕਿਤੇ ਗਿਆ ਤੇ ਉਹ ਸੈਲਫੀ ਖਿੱਚ ਰਿਹਾ ਸੀਗਾ ਸ਼ਾਇਦ ਅੱਗੇ ਵੀ ਕਿਤੇ ਗੱਲ ਕੀਤੀ ਹੋਵੇ ਤਾਂ ਉਹ ਇਦਾਂ ਖਿੱਚ ਰਿਹਾ ਸੀਗਾ ਸੈਲਫੀ ਉਹਨ ਜਦੋਂ ਇੱਕ ਹੱਥ ਨਾਲ ਆਪਾਂ ਫੋਨ ਵੱਲ ਲੈਣ ਉਹਨੇ ਐ ਕਰਨ ਪੱਟੀ ਤੇ ਰੱਖ ਲਿਆ ਜਿਵੇਂ ਐ ਖਿੱਚਦਾ ਗਿਆ ਖਿੱਚਦਾ ਗਿਆ ਉਹ ਟ੍ਰਿਗਰ ਪ੍ਰੈਸ ਹੋ ਗਿਆ ਪ੍ਰੈਸ ਹੋ ਗਿਆ ਬੱਚੇ ਗੋਲੀ ਚੱਲੇਗੀ ਬੱਚਾ ਮਰ ਗਿਆ ਉੱਥੇ ਉੱਥੇ ਪਰਚਾ ਦੇਣਾ ਬਣਦਾ ਹੈ ਹਾਲਾਂਕਿ ਚਲੋ ਪਰਿਵਾਰ ਦੇ ਨਾਲ ਸੰਤਿ ਹੈ ਹਮਦਰਦੀ ਹੈ ਉੱਥੇ ਬਣਦਾ ਹੈ ਕਿ ਤੁਸੀਂ ਆਪਣਾ ਅਸਲਾ ਨਹੀਂ ਸੰਭਾਲ ਸਕੇ ਬਈ ਲਿਆ ਕਰੀ ਬਸ ਤੇ ਸੰਭਾਲ ਨਹੀਂ ਨੀ ਤਾ ਇੱਕ ਮਾਮਲਾ ਸੀਗਾ ਹਰਿਆਣੇ 'ਚ ਜਿੱਥੇ ਇੱਕ ਬੱਚੇ ਨੇ ਘਰੋਂ ਲਿਆ ਕੇ ਰਵਾਲ ਵਰਤੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ ਉੱਥੇ ਬਣਦਾ ਜੀ ਜੀ ਬਿਲਕੁਲ ਸਕੂਲ 'ਚ ਬੱਚਾ ਲੈ ਗਿਆ ਉੱਥੇ ਟੀ ਸਕੂਲ 'ਚ ਬੱਚਾ ਲੈ ਗਿਆ ਜਾਂ ਕਿਸੇ ਜਨਤਕ ਥਾਂ ਤੇ ਲੈ ਗਿਆ ਤੁਹਾਡਾ ਹਸਲਾ ਉੱਥੇ ਤਾਂ ਆਪਾਂ ਕਹਿੰਨੇ ਆ ਕਿ ਬਣਦੀ ਆ ਕਾਰਵਾਈ ਪਰ ਹਾਂ ਕਾਰਵਾਈ ਥੋੜੀ ਆ ਕਿ ਤੁਸੀਂ ਬੱਚੇ ਤੇ 8 ਸਾਲ ਦੇ 10 ਸਾਲ ਦੇ ਬੱਚੇ ਤੇ ਵੀ ਕੇਸ ਦਰਜ ਕਰਦੇ ਹੋ ਜਿਹੜਾ ਕਿ ਕਾਨੂੰਨ ਵੀ ਮਤਲਬ ਕਿ ਉਸ ਪੱਖ ਤੋਂ ਤੁਹਾਨੂੰ ਵਰਜਦਾ ਹੈ ਰੋਕਦਾ ਹੈ